ਗੁਰੂ SHSG ਕੇਅਰ ਸੈਂਟਰ ਮਦਨਹੇੜੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਲਾਗੇ ਖਰੜ ਦੇ ਨੇੜੇ ਖੜ੍ਹੇ ਹਾਂ। ਸੰਗਤ ਨੂੰ ਬੇਨਤੀ ਕਿਆ ਕਰਦੇ ਹਾਂ, ਵੀਡੀਓ ਜ਼ਰੂਰ ਸ਼ੇਅਰ ਕਰਦਾ ਰਹੋ, ਕਿਉਂਕਿ ਤੁਹਾਡਾ ਹਰੇਕ ਸ਼ੇਅਰ ਨਾ ਸਿਰਫ ਜ਼ਿੰਦਗੀਆਂ ਬਚਾ ਰਿਹਾ ਬਲਕਿ ਜ਼ਿੰਦਗੀਆਂ ਬਦਲ ਰਿਹਾ ਨਾ। ਤੁਸੀਂ ਜਾਣਦੇ ਹੋ ਇੱਥੇ ਸਪਾਈਨਲ ਕੋਡ ਇੰਜਰਡ ਪੇਸ਼ੈਂਟ 90% ਇਸ ਤਰ੍ਹਾਂ ਦੇ ਪੇਸ਼ੈਂਟ ਹੁੰਦੇ, ਬਟ 10% ਪੇਸ਼ੈਂਟ ਇਸ ਤਰ੍ਹਾਂ ਦੇ ਵੀ ਹੁੰਦੇ ਜਿਨ੍ਹਾਂ ਨੂੰ ਆਪਣਿਆਂ ਨੇ ਛੱਡਤਾ ਹੁੰਦਾ ਜਾਂ ਵਕਤ ਦੇ ਮਾਰੇ ਹੁੰਦੇ ਜਾਂ ਸਮਾਜ ਨੇ ਛੱਡਤਾ ਹੁੰਦਾ। ਵੀਰ ਜੀ ਕਿਹੜੇ ਪਿੰਡੋਂ ਆਏ ਨੇ, ਕਿੱਥੇ ਗਏ, ਬੁਲਾਇਓ ਉਹਨਾਂ ਨੂੰ। ਪੋਪਣਾ ਪਿੰਡ ਹੈ, ਬਿਲਕੁਲ ਇਹ ਮੋਹਾਲੀ ਦਾ ਬਾਈਪਾਸ ਨਿਕਲ ਰਿਹਾ, ਉਸ ਤੋਂ ਦੋ ਕਿਲੋਮੀਟਰ ਦੂਰ ਪਿੰਡ ਪੈਂਦਾ ਹੈ। ਭਾਅ ਜੀ ਫਰਦ ਦਿਖਾਇਓ। ਮੈਂ ਭਾਅ ਜੀ ਉਹਨਾਂ ਨੂੰ ਪੁੱਛ ਰਿਹਾ ਸੀ, ਭਾਅ ਜੀ ਕਿੰਨੇ ਕੁ ਦੀ ਪ੍ਰੋਪਰਟੀ ਹੈ ਨਾਮ ਦੇ? ਹੈਗੇ ਜੀ ਕਰੋੜ ਸਵਾ ਕਰੋੜ ਦੀ। ਕਰੋੜ ਸਵਾ ਕਰੋੜ ਦੀ ਪ੍ਰੋਪਰਟੀ ਹੈ ਅੱਜ ਦੇ ਟਾਈਮ? ਹਾਂਜੀ ਅੱਜ ਦੇ ਟਾਈਮ। ਹਾਂਜੀ ਅਸੀਂ ਲੰਗਰ ਲਾ ਰਹੇ ਹਾਂ, PGI ਹੋਰ ਬਾਕੀ ਸੇਵਾਵਾਂ ਦੇ ਵਿੱਚ ਲਗਾਤਾਰ ਸਹਿਯੋਗ ਪਾਇਆ ਜਾ ਰਿਹਾ, ਚਾਹੇ ਉਹ ਹੁਣ ਪਿਛਲੇ ਮਹੀਨੇ ਕਰੀਬਨ 380 ਬੱਚਿਆਂ ਦੀ ਪੂਰੇ ਸਾਲ ਦੀ ਫੀਸ ਭਰ ਕੇ ਹਟੇ ਹਾਂ। ਇਸ ਤਰ੍ਹਾਂ ਅਨੇਕੋ ਸੇਵਾਵਾਂ ਚੱਲ ਰਹੀਆਂ ਨੇ। ਇਸ ਟਾਈਮ 30 ਘਰ ਬਣਾਉਣ ਲੱਗੇ ਹਾਂ ਪੂਰੇ ਪੰਜਾਬ ਦੇ ਵਿੱਚ ਗ੍ਰੰਥੀ ਸਿੰਘਾਂ ਦੇ, ਇਹ ਸੇਵਾ ਚੱਲ ਰਹੀ ਹੈ। ਅੰਮ੍ਰਿਤਸਰ ਅਤੇ ਜ਼ਿਲ੍ਹਾ ਲੁਧਿਆਣਾ ਰਾਏਕੋਟ ਨੇੜੇ ਉੱਥੇ ਘਰ ਪੈ ਰਹੇ ਨੇ। ਇਸ ਤਰ੍ਹਾਂ ਬਹੁਤ ਅੱਡ ਅੱਡ ਸੇਵਾਵਾਂ ਚੱਲ ਰਹੀਆਂ ਨੇ ਨਾ। ਸਾਨੂੰ ਬਹੁਤ ਸਾਰੇ ਲੋਕ ਲਗਾਤਾਰ ਕਮੈਂਟ ਕਰਦੇ, ਨੈਗੇਟਿਵ ਪੋਜ਼ੀਟਿਵ ਹੈ ਨਾ, ਬਟ ਫਿਰ ਵੀ ਆਪਾਂ ਕਿਤੇ ਨਾ ਕਿਤੇ ਵੱਧ ਤੋਂ ਵੱਧ ਮੋਢਾ ਲਾਉਣ ਦੀ ਕੋਸ਼ਿਸ਼ ਕਰਦੇ ਕਿ ਸਮਾਜ ਦਾ ਕੁਛ ਹਿੱਸਾ ਨਿਭਾ ਸਕੀਏ ਨਾ। ਮੈਨੂੰ ਸੁਣ ਕੇ ਭਾਅ ਜੀ ਬੜੀ ਹੈਰਾਨੀ ਹੋ ਰਹੀ ਹੈ ਕਿ ਡੇਢ ਕਰੋੜ ਰੁਪਏ ਦੀ ਪ੍ਰੋਪਰਟੀ ਹੈ ਔਰ ਕੋਈ ਸਾਂਭ ਨਹੀਂ ਰਿਹਾ ਫਿਰ ਵੀ। ਅਸੀਂ ਤੁਹਾਨੂੰ ਇਹ ਦੱਸਦੇ ਹਾਂ ਵੀ ਜਿੰਨੇ ਵੀ ਇਹਦੇ ਰਿਸ਼ਤੇਦਾਰ ਹੈ, ਕੋਈ ਵੀ ਭਾਈ ਭਤੀਜਾ ਜੀ, ਸਾਰਿਆਂ ਤੱਕ ਪਹੁੰਚ ਕਰ ਲਈ ਅਸੀਂ ਵੀ ਅਸੀਂ ਪਹਿਲਾਂ ਤੁਹਾਨੂੰ ਸਾਰਾ ਕੁਝ ਕਰਾ ਕੇ ਦੇ ਦਿੰਦੇ ਵੀ ਤੁਸੀਂ ਇਹਦੀ ਕੇਅਰ ਕਰ ਲਓ। ਮਤਲਬ ਪ੍ਰੋਪਰਟੀ ਵੀ ਦੇਣ ਨੂੰ ਤਿਆਰ ਨੇ, ਲਿਖਾਉਣੇ ਨੂੰ ਤਿਆਰ ਹੈ ਜੀ ਸਾਰਾ ਕੁਝ, ਫਿਰ ਵੀ ਆਣ ਕੇ ਆਏ ਉਹ ਕਹਿੰਦੇ ਵੀ ਸੱਤ ਨਹੀਂ ਹੋਣਾ, ਵੀ ਅਸੀਂ ਨਹੀਂ ਕਰ ਸਕਦੇ ਵੀ ਜਿੱਥੇ ਜਾਣਾ ਇਹਨਾਂ ਜਾਵੇ। ਇਹਦਾ ਭਤੀਜਾ ਜੀ ਉਹਨੂੰ ਪੁੱਛ ਲਿਆ, ਅੱਛਾ ਉਹਨੂੰ ਦੋ ਵਾਰੀ ਬੰਦੇ ਵੀ ਭੇਜ ਦਿਆ। ਮੈਂ ਭਾਜੀ ਤਾਂ ਹੈਰਾਨ ਜਿਹਾ ਹੋ ਰਿਹਾ ਕਿ ਪੈਸੇ ਦੇ ਲਾਲਚ ਵੀ ਨਹੀਂ ਆਇਆ ਨਾ ਜੀ, ਅੱਜ ਕੱਲ੍ਹ ਮਾਇਆ ਪ੍ਰਧਾਨ ਹੈ ਨਾ, ਮੈਂ ਤਾਂ ਪੁੱਛ ਰਿਹਾ। ਹਾਂਜੀ ਹਾਂ ਬਿਲਕੁਲ, ਫਿਰ ਵੀ ਲਾਲਚ ਨਹੀਂ? ਨਾ ਜੀ ਫਿਰ ਵੀ ਲਾਲਚ ਨਹੀਂ ਆ, ਦੇਖ ਲਓ ਹੁਣ ਅਸੀਂ ਵੀ ਕਹਿੰਦੇ ਮਤਲਬ ਕਿ ਸੇਵਾ ਨਹੀਂ ਕਰਨੀ, ਪੈਸੇ ਲੈ ਕੇ ਵੀ ਨਹੀਂ ਕਰਨੀ, ਨਹੀਂ ਕਰਨੀ। ਐਂ ਕਹਿੰਦੇ ਆ ਵੀ ਪਹਿਲਾਂ ਪ੍ਰੋਪਰਟੀ ਲਿਖਾ ਦੇ, ਹਾਂ ਬਾਕੀ ਫਿਰ ਬਾਅਦ ਮੈਂ ਦੇਖਾਂਗੇ। ਮੁੜ ਕੇ ਤੁਹਾਨੂੰ ਵੀ ਪਤਾ ਕਿਆ ਹੋਣਾ, ਮੈਨੂੰ ਵੀ ਪਤਾ, ਉਹਦਾ ਸਾਨੂੰ ਪਤਾ ਹੈ ਨਾ। ਹਾਂਜੀ ਉਹ ਵਾਹਿਗੁਰੂ ਅਕਾਲ ਪੁਰਖ ਨੂੰ ਧਿਆ ਕੇ ਉਹਦੀ ਭੈ ਭਾਵਣੀ ਦੇ ਵਿੱਚ ਰਹਿ ਕੇ ਸਾਰੀ ਸੇਵਾਵਾਂ 'ਚ ਮੋਢਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੁਰਿੰਦਰਪਾਲ ਜੀ ਨਾਮ ਇਹਨਾਂ ਦਾ, ਪੋਪਣਾ ਪਿੰਡ ਹੈ ਇਹ, ਜ਼ਿਲ੍ਹਾ ਮੋਹਾਲੀ ਦਾ ਜੋ ਬਾਈਪਾਸ ਨਿਕਲ ਰਿਹਾ ਉਸ ਤੋਂ 2 ਕਿਲੋਮੀਟਰ ਹੋਣਾ ਨਾ। ਹਾਂਜੀ 2 ਕਿਲੋ ਲਗਭਗ ਹੈ ਨਾ, 2 ਕਰੋੜਾਂ ਰੁਪਏ ਦੀ ਜ਼ਮੀਨ ਹੈ ਨਾ, ਫਿਰ ਵੀ ਸਾਡੇ ਰਿਸ਼ਤੇ ਇੰਨੇ ਖੋਖਲੇ ਹੁੰਦੇ ਜਾ ਰਹੇ ਹੈ। ਇਹ ਉਹ ਏਰੀਆ ਜਿੱਥੇ ਜ਼ਮੀਨਾਂ ਕਰੋੜਾਂ ਦੀ ਹੋ ਗਈਆਂ ਨੇ ਨਾ, 6-6 ਕਰੋੜ 8-8 ਕਰੋੜ ਨਿਊ ਚੰਡੀਗੜ੍ਹ ਜਾਓਗੇ 10-10 ਕਰੋੜ ਨੂੰ ਕੀਲੇ ਬੋਲਣ ਲੱਗ ਗਏ, ਲੇਕਿਨ ਜਿੰਨੇ ਕਰੋੜਾਂ ਦੇ ਕੀਲੇ ਬੋਲ ਰਹੇ ਨੇ ਨਾ, ਰਿਸ਼ਤੇ ਉਸ ਤੋਂ ਵੱਧ ਪਾਣੀ ਹੋ ਗਏ ਨੇ ਨਾ। ਰਿਸ਼ਤਿਆਂ ਨੂੰ ਕੋਈ ਅਹਿਮੀਅਤ ਨਹੀਂ ਦੇ ਰਿਹਾ, ਕਰੋੜਾਂ ਰੁਪਏ ਜੇਬ 'ਚ ਤਾਂ ਹੈਗਾ, ਅੱਗੇ ਤੋਂ ਅੱਗੇ ਜ਼ਮੀਨਾਂ ਵੀ ਲੈ ਰਿਹਾ ਫਤਿਹਗੜ੍ਹ ਸਾਹਿਬ ਅਤੇ ਨੂਰਪੁਰ ਏਰੀਏ 'ਚ, ਨੂਰਪੁਰ ਬੇਦੀ ਏਰੀਏ 'ਚ ਜਾ ਕੇ, ਲੇਕਿਨ ਜੋ ਇੱਥੇ ਰਿਸ਼ਤੇ ਖੋਖਲੇ ਹੋਏ ਨਾ ਉਹ ਤਾਂ ਅਸੀਂ ਉਹਦੇ ਪ੍ਰਤੱਖ ਗਵਾਹ ਹੈ ਨਾ। ਬੜਾ ਮਾੜਾ ਹਾਲ ਹੈ ਇਸ ਇਲਾਕੇ ਦਾ, ਕਿਉਂਕਿ ਜ਼ਮੀਨਾਂ ਬਹੁਤ ਮਹਿੰਗੀ ਹੋ ਗਈਆਂ, ਮਿਹਨਤ ਨਾਲ ਕਮਾਈਆਂ ਨਹੀਂ ਹੈਗੀਆਂ, ਪੁਰਾਣੇ ਬਜ਼ੁਰਗਾਂ ਨੇ ਤਾਂ ਕਮਾਈਆਂ ਸੀਗੀਆਂ ਭਾਅ ਜੀ, ਨਵਿਆਂ ਨੂੰ ਤਾਂ ਬੈਠੇ ਬਿਠਾਏ ਮਿਲੀਆਂ ਨੇ ਕਰੋੜਾਂ ਜ਼ਮੀਨਾਂ, ਬੈਠਿਆਂ ਬਿਠਾਏ ਜੀ, ਕੀਮਤ ਪਾ ਨਹੀਂ ਰਹੇ, ਵੱਡੀ ਵੱਡੀ ਗੱਡੀਆਂ ਲੈ ਰਹੇ ਹਾਂ 40-40-50-50 ਲੱਖ ਦੀਆਂ ਹੈ ਨਾ, ਤੁਹਾਨੂੰ ਵੀ ਪਤਾ ਕਿ ਹੋ ਕਿਆ ਰਿਹਾ ਨਾ, ਚਿੱਟੇ ਦਾ ਬੋਲਬਾਲਾ ਹੋਇਆ ਹੋਇਆ, ਨਸ਼ੇ ਦਾ ਜੀ ਪੂਰਾ ਹੈ ਨਾ, ਬੜਾ ਬੁਰਾ ਹਾਲ ਹੈ। ਆ ਵੀ ਹੁਣ ਤੱਕ ਅਸੀਂ ਸਾਂਭੀ ਬੈਠੇ ਤੇ ਮਾੜਾ ਮੋਟਾ ਕਰੀ ਜਾਂਦੇ ਤੇ ਜਦ ਤੱਕ ਮੈਨੂੰ ਦੱਸਿਆ ਇਹਨਾਂ ਨੇ ਕੱਲ੍ਹ
ਆਏ ਸੀਗੇ ਨਾ ਟੈਂਕੀ ਵਾਲੇ ਸੀਗੇ ਉਹ ਆਪ ਅਪਾਹਿਜ ਹੈ ਉਹ ਮੁੰਡਾ ਜਿਹੜਾ ਇਹਨਾਂ ਨੂੰ ਸਾਂਭ ਰਿਹਾ ਸੀ ਉਹ ਕਾਫੀ ਮੁੰਡਾ ਲਾਉਂਦਾ ਸੇਵਾ ਸਹਿਯੋਗ ਚ ਹਨਾ ਖੁਦ ਹੈਂਡੀਕੈਪ ਹੈ ਖੁਦ ਲੱਤਾਂ ਨਹੀਂ ਚੱਲਦੀਆਂ ਉਹਦੀ ਹਨਾ ਸੋ ਅਕਾਲ ਪੁਰਖ ਦੀ ਬਹੁਤ ਬਹੁਤ ਸ਼ੁਕਰ ਹੈ ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਭਰੋਸਾ ਕਰਕੇ ਸੇਵਾ ਦੇ ਵਿੱਚ ਭਾਈ ਸਾਹਿਬ ਨੂੰ ਸਾਡੇ ਕੋਲ ਛੱਡਣ ਆਏ ਹੈ ਅਤੇ ਭਾਅ ਜੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਉਮੀਦਾਂ ਦੇ ਖਰੇ ਉਤਰ ਸਕੀਏ ਠੀਕ ਹੈ ਜੀ ਜੋ ਪੇਪਰ ਫਾਰਮੈਲਿਟੀ ਹੈ ਭਾਅ ਜੀ ਉਹ ਜ਼ਰੂਰ ਕਰਾਂਗੇ ਆਪਾਂ ਹਨਾ ਠੀਕ ਹੈ ਜੀ ਉਹ ਜ਼ਰੂਰ ਕਰ ਲੈਂਦੇ ਹਾਂ ਪਰ ਜੋ ਸਾਡੇ ਰੂਲਸ ਰੈਗੂਲੇਸ਼ਨ ਨੇ ਉਹ ਸਭ ਤੋਂ ਜ਼ਰੂਰੀ ਹੈ ਭਾਅ ਜੀ ਰੂਲ ਕੋਈ ਨਹੀਂ ਤੋੜ ਸਕਦਾ ਹਨਾ ਰੂਲ ਮੇਰੇ ਲਈ ਵੀ ਉਹੀ ਹੈ ਉਹ ਵੀ ਇਹਨਾਂ ਲਈ ਵੀ ਉਹੀ ਹੈ ਦੇਖੋ ਜੀ ਇੱਕ ਤਾਂ ਤੁਹਾਨੂੰ ਮਿਲੂਗਾ ਪਿੰਡ ਦੇ ਮੋਹਤਰ ਬੰਦਿਆਂ ਵੱਲੋਂ ਹਾਂ ਅਤੇ ਸਰਪੰਚ ਪੰਚ ਲੰਬੜਦਾਰ ਵੱਲੋਂ ਜੀ ਪੂਰਾ ਸਹਿਯੋਗ ਮਿਲੂਗਾ ਐਫੀਡੈਵਿਟ ਬਣਾ ਕੇ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਵੀ ਕਿਸੇ ਨੇ ਸਾਂਭਿਆ ਨਹੀਂ ਕੋਈ ਕੱਲ ਨੂੰ ਇਹਦੀ ਜੋ ਵੀ ਜ਼ਮੀਨ ਜਾਇਦਾਦ ਆ ਕੋਈ ਹੱਕਦਾਰ ਨਹੀਂ ਹੋਊਗਾ ਅਸੀਂ ਬੰਦੇ ਖੁਦ ਗਵਾਹੀ ਪਾਉਂਗੇ ਜੇ ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਚੈਲੰਜ ਕਰਦਾ ਤੁਹਾਨੂੰ ਕੋਟਵਾਂ ਤਾਂ ਸਾਨੂੰ ਬੁਲਾਇਆ ਜਾਵੇ ਅਸੀਂ ਗਵਾਹੀ ਦੇਵਾਂਗੇ ਭੈਣ ਜੀ ਆਰਾਮ ਸਿੰਘ ਬਾਪੂ ਨੂੰ ਭੇਜਿਓ ਪਤਾ ਕਿਆ ਅਸੀਂ ਬਹੁਤ ਵਾਰ ਇਹ ਚੀਜ਼ ਕਰਦੇ ਹਾਂ ਨਾ ਬਹੁਤ ਬੁਰੀ ਅਵਸਥਾ ਵਿੱਚ ਲੋਕ ਆਉਂਦੇ ਨੇ ਮੈਂ ਬਾਪੂ ਜੀ ਨੂੰ ਬੁਲਾਇਆ ਤਰਨ ਤਾਰਨ ਤੋਂ ਲੈ ਕੇ ਆਏ ਸੀਗੇ ਇਹਨਾਂ ਤੋਂ ਵੀ ਬਹੁਤ ਬੁਰੀ ਹਾਲਤ ਸੀ ਬਿਲਕੁਲ ਜਿੰਦਾ ਲਾਸ਼ ਸੀ ਜਦ ਲੈ ਕੇ ਆਏ ਸੀ ਉਹਨੂੰ ਬਿਠਾ ਕੇ ਲਈ ਮਾੜਾ ਜਿਹਾ ਠੀਕ ਹੈ ਹੁਣ ਤੁਸੀਂ ਆਪ ਹਾਲਾਤ ਦੇਖ ਲਓ ਬਾਪੂ ਦੇ ਕਿੱਦਾਂ ਦੇ ਜਦ ਆਏ ਸੀਗੇ ਤਰਨ ਤਾਰਨ ਤੋਂ ਆਪ ਚੱਕ ਕੇ ਲੈ ਕੇ ਆਏ ਸੀ ਬਿਲਕੁਲ ਜਿੰਦਾ ਲਾਸ਼ ਸੀਗੇ ਹੈ ਨਾ ਜਦ ਲੈ ਕੇ ਆਏ ਸੀਗੇ ਮੈਂ ਤਾਂ ਤੁਹਾਨੂੰ ਦਿਖਾ ਰਿਹਾ ਅੱਜ ਇਹਨਾਂ ਦੀ ਹਾਲਾਤ ਇਹ ਨੇ ਕਮਜ਼ੋਰੀ ਆਈ ਹੋਈ ਹੈ ਰੋਟੀ ਨਹੀਂ ਮਿਲੀ ਪਿਆਰ ਮਿਲੇਗਾ ਸਹੀ ਤਰੀਕੇ ਨਾਲ ਨਹਾਉਣਾ ਧੋਣਾ ਸਾਫ਼ ਕੱਪੜੇ ਪਿਆਰ ਮਿਲੇਗਾ ਟਾਈਮ ਸਿਰ ਰੋਟੀ ਮਿਲੇਗੀ ਬੜਾ ਬਦਲਾਵ ਆ ਜਾਣਾ ਨਹੀਂ ਉਹ ਵੀ ਕੋਈ ਚੱਕਰ ਨਹੀਂ ਮਹੀਨੇ ਦਾ ਪੰਜ ਚਾਰ ਦਾ ਪੰਜ ਚਾਰ ਹਜ਼ਾਰ ਦਾ ਅਸੀਂ ਖੁਦ ਵੀ ਚਲੋ ਸ਼ੁਕਰ ਆ ਉਹ ਤੁਹਾਡਾ ਸੇਵਾ ਦੇ ਵਿੱਚ ਸਹਿਯੋਗ ਕਰ ਰਹੇ ਇਹ ਵੀਰ ਇਹਦੀ ਸੇਵਾ ਦੇ ਵਿੱਚ ਸਹਿਯੋਗ ਕਰਦਾ ਸੀ ਆਪਾਂ ਨਾ ਘਰਾਂ ਦੇ ਵਿੱਚ ਬੈਠ ਕੇ ਬਹਾਨੇ ਬੜੇ ਮਾਰਦੇ ਹਾਂ ਨਹੀਂ ਜੀ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਫਲਾਣਾ ਕੰਮ ਕਰਨ ਜਾਣਾ ਨਾ ਇਹ ਵੀਰ ਦੀਆਂ ਦੋਨੋਂ ਲੱਤਾਂ ਕੰਮ ਨਹੀਂ ਕਰਦੀਆਂ ਬਟ ਫੇਰ ਵੀ ਆ ਬਜ਼ੁਰਗ ਨੂੰ ਕਿੰਨੇ ਟਾਈਮ ਤੋਂ ਸਾਂਭ ਰਹੇ ਹੋ 4 ਸਾਲ ਹੋ ਜਾਣੇ ਸਾਥ ਵਿੱਚ ਆਏ ਚੱਕੇ ਨਹੀਂ ਮਰਨ ਤੋਂ ਕਿਆ ਲੈਣਾ ਤੁਸੀਂ ਤੁਹਾਡੇ ਕਿਹੜਾ ਖੂਨ ਚੋਂ ਲੱਗਦੇ ਆ ਮੈਂ ਤਾਂ ਕਿੰਨੇ ਦਿਨ ਦਾ ਵੀ ਕਰ ਰਿਹਾ ਤੁਸੀਂ ਵੀ ਸੋਚਿਆ ਮੇਰੇ ਗੱਲ ਮੁਸੀਬਤ ਪੈ ਗਈ ਮਰਨ ਤੋਂ ਮੈਂ ਕਿਆ ਲੈਣਾ ਕਿਉਂ ਪਤਾ ਕਿਆ ਜੀ ਦੇਖੋ ਲੋਕ ਤਾਂ ਇਹੀ ਕਰਦੇ ਆ ਨਾ ਜਿਹੜਾ ਇਨਸਾਨ ਦਾ ਫਰਜ਼ ਹੈ ਉਹ ਸਭ ਤੋਂ ਬੜਾ ਜੀ ਜਿਹੜਾ ਚਾਹੇ ਆਪਣਾ ਰਿਸ਼ਤੇਦਾਰ ਨਹੀਂ ਹੈ ਚਾਹੇ ਮੰਨਦੇ ਨਹੀਂ ਨਾ ਹਾਂ ਲੋਕ ਮੰਨਦੇ ਨਹੀਂ ਲੋਕ ਮੰਨਦੇ ਮੇਰਾ ਚਾਹੇ ਨਹੀਂ ਕੁਛ ਲੱਗਦਾ ਜਿੱਦਾਂ ਮੇਰੇ ਕੋਲ ਬੈਠਿਆ ਆਹ 10 ਦਿਨ ਬੈਠਿਆ ਮੇਰਾ ਪਿਆਰ ਪੈ ਗਿਆ ਉੱਥੇ ਤੁਸੀਂ ਵੀ ਇਹਨਾਂ ਦੇ ਕੁਛ ਨਹੀਂ ਲੱਗਦੇ ਤੁਸੀਂ ਵੀ ਭਾਜੀ ਕੁਛ ਨਹੀਂ ਲੱਗਦੇ ਕੁਛ ਨਹੀਂ ਲੱਗਦੇ ਟਾਈਮ ਕੱਢ ਕੇ ਆਏ ਨੇ ਸਾਡੇ ਚਾਚਾ ਜੀ ਨਾਲ ਇਹਨਾਂ ਦੀ ਯਾਰੀ ਹੁੰਦੀ ਸੀ ਅੱਛਾ ਉਹ ਵੀ ਉਹਨਾਂ ਦੀ ਵੀ ਡੈਥ ਹੋ ਲਈ ਛੋਟੇ ਛੋਟੇ ਹੁੰਦੇ ਇਕੱਠੇ ਰਹੇ ਆ ਬਸ ਉਹਦੇ ਕਰਕੇ ਸੀ ਇਹਨਾਂ ਦਾ ਘਰ ਇਹੀ ਪਿਆਰ ਬਣਾਉਂਦੀ ਹੈ ਜੀ ਇਹ ਇਹੀ ਇਹੀ ਸਮਾਜ ਨੂੰ ਇਹੀ ਚੀਜ਼ਾਂ ਜੋੜਦੀਆਂ ਨੇ ਇਹ ਇਮੋਸ਼ਨਲ ਬੌਂਡਿੰਗ ਆਪਸ ਦੇ ਵਿੱਚ ਜੋੜਦੀ ਹੈ ਨਾ ਬਹੁਤ ਧੰਨਵਾਦ ਆ ਭਾਈ ਤੁਸੀਂ ਸਾਡਾ ਭਰੋਸਾ ਕਰਕੇ ਸਾਡੇ 'ਤੇ ਸਾਡੇ ਕੋਲ ਲੈ ਕੇ ਆਏ ਹੋ ਸੇਵਾ ਦੇ ਵਿੱਚ ਹਾਂਜੀ ਹਾਂਜੀ ਔਰ ਇਹਨਾਂ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿਉਂਕਿ ਲੋਕ ਬਹਾਨੇ ਮਾਰੇ ਚੰਗੇ ਭਲੇ ਇਹਨਾਂ ਬਿਮਾਰ ਹੈ ਜੀ ਇਹਦੀ ਟ੍ਰੀਟਮੈਂਟ ਬਿਮਾਰੀ ਕੀ ਹੈ ਆਹੀ ਕਮਜ਼ੋਰੀ ਹੈ ਜੀ ਕਮਜ਼ੋਰੀ ਹੈ ਜੀ ਇਹਨਾਂ ਨੂੰ ਸਵੇਰੇ ਮੈਂ ਬਸ ਦਵਾਈ ਤਾਂ ਦਵਾਈ ਲੈਟਰੀਨਾਂ ਲੱਗ ਗਈਆਂ ਹਾਂਜੀ ਕਮਜ਼ੋਰ ਹੈ ਥੋੜ੍ਹੇ ਜਿਹੇ ਕਮਜ਼ੋਰ ਹੈ ਹੋ ਜਾਏਗਾ ਸਭ ਕੁਝ ਹੋ ਜਾਏਗਾ ਸਭ ਕੁਝ ਹੋ ਜਾਏਗਾ ਵਧੀਆ ਹੋਏਗਾ ਮੈਨੂੰ ਦੱਸੋ ਨਾ ਆਏਗਾ ਸੀਗੇ ਰਾਮ ਸਿੰਘ ਬਾਪੂ ਜੀ ਤੁਹਾਡੇ ਤੋਂ ਇੱਕ ਬੇਨਤੀ ਕਰਨੀ ਹੈ ਕਿਸੇ ਟਾਈਮ ਜਦ ਤੁਸੀਂ ਤੁਹਾਨੂੰ ਲੈ ਕੇ ਆਏ ਸੀ ਤੁਹਾਡੀ ਵੀ ਸੇਵਾ ਸਹਿਯੋਗ ਚ ਹਿੱਸਾ ਪਾਇਆ ਸੀਗਾ ਇਕੱਠੇ ਹੋ ਕੇ ਬਾਪੂ ਜੀ ਕੁਛ ਨਹੀਂ ਹੈਗਾ ਕਮਜ਼ੋਰੀ ਹੈ ਆਪਾਂ ਇਕੱਠੇ ਹੋ ਕੇ ਸਾਂਭਣੇ ਆ ਬਚਾਉਣੇ ਨੇ ਇਹ ਤਾਂ ਸਾਈਕਲ ਚਲਾਉਂਦੀ ਜੀ ਥੋੜੀ ਜਿਹੀ ਹਫਤੇ ਕਤੀ ਹੋਏ ਜੀ ਇਤਨਾ ਕਮਜ਼ੋਰ ਹੁਣ ਤਾਂ ਚਲਾਉਂਦੇ ਨੇ ਹਾਂਜੀ ਸਾਈਕਲ ਚਲਾਉਂਦੇ ਹਾਂਜੀ ਵਾਅਦਾ ਕਰਦੀ ਹੈ
ਤੁਹਾਡੇ ਸਿਰ ਤੇ ਕਰ ਦੇਣਾ ਮੈਂ, ਕੋਈ ਗੱਲ ਨਹੀਂ ਸੈਂਟਰ ਨੂੰ ਜਿੰਨੀ ਤੁਹਾਡੇ ਸਿਰ ਤੇ ਮੈਂ ਵਾਅਦਾ ਕਰ ਦੇਣਾ ਇਹਨੂੰ, ਮੈਂ ਵੀ ਵਾਅਦਾ ਕਰਦਾ ਪੂਰਾ ਫੁੱਲ ਕੰਮ ਕਰੂੰਗਾ ਜੀ, ਅਸੀਂ ਵੀ ਆਏ ਕਰਾਂਗੇ ਜੀ, ਆਪਾਂ ਬਚਾਉਣੇ ਆ, ਆਪਾਂ ਸਵੈਨ ਤਗੜੇ ਕਰਦੇ ਆ, ਜਿਵੇਂ ਤੁਸੀਂ ਤੁਰੇ ਫਿਰਦੇ ਹੁਣ ਉਦਾਂ ਕਰਨੇ ਆਪਾਂ, ਬਚਾ ਦੇ ਕੇ ਬਚਾ ਦੇਗੇ, ਵਾਅਦਾ ਨੂੰ ਕਰਦੇ ਪੱਕਾ ਜੀ? ਹਾਂ ਬਾਪੂ ਨੇ ਹਾਂ ਵੀ ਕਰਤੀ, ਇਹ ਜਦ ਆਏ ਸੀ ਆਪ ਹੀ ਦੱਸ ਦਿਓ ਬਾਪੂ ਜੀ ਕਿਹੜੇ ਹਾਲਾਤਾਂ 'ਚ ਆਏ ਸੀਗੇ, ਤੁਰ ਨਹੀਂ ਪਤਾ ਕੀ ਮਤਲਬ ਇੱਕੀ ਮਤੀ ਹਾਲ ਬਿਠਾ ਕੇ ਵਹਾਂ ਕਦੀ ਬੰਨਾ ਨਹੀਂ ਥੋੜ੍ਹਾ ਥੋੜ੍ਹਾ ਯਹਾਂ ਸੇ ਬਿਠਾ ਗਿਆ ਤੇ ਪੈਰ ਟਿਕ ਗਏ ਤਾਂ ਉਹ ਬੰਦੇ ਨੇ ਹਮਰ ਭੈਣ ਨੂੰ ਨਹੀਂ ਹੈਗੇ ਸਾਰੇ, ਹੈ ਨਾ ਉਹ ਵੀਰੂ ਨਹੀਂ ਹੈਗੇ ਬਾਪੂ ਹੈਗੇ ਸਾਰੇ ਰਲ ਮਿਲ ਕੇ ਕਰਾਂਗੇ ਜ਼ਰੂਰ, ਹੈ ਨਾ ਲਿਆਓ ਇਹਨਾਂ ਨੂੰ ਅੰਦਰ, ਤੁਸੀਂ ਉਹ ਲਿਓ ਟੈਨਸ਼ਨ ਲਓ, ਇੱਥੇ ਤਾਂ ਜੀ ਅਸੀਂ ਤਾਂ ਲੈ ਕੇ ਆਏ ਹਾਂ ਵੀ ਇੱਕ ਤਾਂ ਅਸੀਂ ਲਾਗ ਹੈ, ਅਸੀਂ ਗੇੜਾ ਗੂੜਾ ਮਾਰਦੇ ਰਹਾਂਗੇ, ਬਾਕੀ ਊਂ ਵੀ ਜੋ ਸਾਡੇ ਤੇ ਮਦਦ ਹੋਈ ਉਹ ਜੋ ਕਰਕੇ ਜਾਊਂਗੇ, ਬਹੁਤ ਸ਼ੁਕਰ ਜੀ ਬਹੁਤ ਸ਼ੁਕਰ, ਬਹੁਤ ਵਧੀਆ ਆ ਜੀ, ਰੋ ਨਾ ਜੀ ਵਧੀਆ ਹੋਊਗਾ ਕੁਛ।